नवराज सिंह के घर बोल रहे थे। हाँ जी, कहें तुहाडे बेटे की गोली लगन नाल डेथ हो गई, बेटा यानी शहीद हो गया। ਪੰਜ ਵਜੇ ਉਹ ਨਵਰਾਜ ਸਿੰਘ ਦੇ ਘਰ ਬੋਲ ਰਹੇ ਸੀਗੇ। ਹਾਂ ਜੀ, ਕਹਿੰਦੇ ਤੁਹਾਡੇ ਬੇਟੇ ਦੀ ਗੋਲੀ ਲੱਗਣ ਨਾਲ ਡੈਥ ਹੋ ਗਈ, ਤੁਹਾਡਾ ਬੇਟਾ ਯਾਨੀ ਸ਼ਹੀਦ ਹੋ ਗਿਆ। ਥੋੜੀ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਏ ਆ, ਉਹ ਇੱਥੇ ਆਏ ਹੋਏ ਸੀ ਘਰੇ। ਹਾਂ, ਕੱਟ ਕੇ ਗਏ, ਇੱਕ ਮਹੀਨੇ ਛੁੱਟੀ ਕੱਟ ਕੇ ਗਏ। ਪਾਸੋਂ ਆ ਗਏ ਸੀ। ਮਾਤਾ ਨਾਲ ਸਵੇਰੇ ਫੋਨ ਤੇ ਗੱਲ ਵੀ ਹੋਈ, 10 ਵਜੇ ਗੱਲ ਹੋਈ ਆ ਮਾਤਾ ਨਾਲ, ਬਹੁਤ ਟਾਈਮ ਗੱਲ ਕਰੀ ਆ ਵੀਡੀਓ ਕਾਲ ਕਰਕੇ। ਕਾਰਨਾਂ ਦਾ ਕੋਈ ਪਤਾ ਨਹੀਂ ਲੱਗਿਆ। ਕਾਰਨਾਂ ਦਾ ਕੋਈ ਪਤਾ ਨਹੀਂ ਲੱਗਿਆ। ਕਦੋਂ ਭਰਤੀ ਹੋਏ ਸੀਗੇ ਇਹ? ਇਹਨਾਂ ਨੂੰ ਤਕਰੀਬਨ ਮੈਨੂੰ ਲੱਗਿਆ 7ਵਾਂ ਸਾਲ ਲੱਗਿਆ ਬਾਈ ਫੌਜ ਦੇ ਵਿੱਚ। ਹਾਂ, ਹੋਰ ਪਰਿਵਾਰ 'ਚ ਕਿੰਨੇ ਇਹਦੇ ਭੈਣ ਭਰਾ ਕਿੰਨੇ? ਇਹਦਾ ਨਾਨਾ ਜੀ ਸੀ ਪਹਿਲਾਂ ਫੌਜ 'ਚ ਜੀ। ਹਾਂ, ਉਹਦੇ ਕੋਲ ਜ਼ਿਆਦਾ ਰਹਿੰਦਾ ਸੀ, ਬਸ ਕਹਿੰਦਾ ਮੈਂ ਵੀ ਫੌਜ 'ਚ ਜਾਣਾ, ਇੱਕ ਜਜ਼ਬਾ ਬਣ ਗਿਆ ਸੀਗਾ। ਹਾਂ, ਕਿਉਂਕਿ ਦੂਜੇ ਭਾਈ ਜਿਹੜੇ ਬਾਹਰ ਸੀ, ਭੈਣ ਵੀ ਬਾਹਰ, ਭੈਣ ਬਾਹਰ ਆ ਜੀ, ਦੂਜਾ ਭਰਾ ਵੀ ਬਾਹਰ ਆ ਜੀ। ਹਾਂ, ਇਹ ਵੀ ਬਾਹਰ ਜਾ ਸਕਦਾ, ਖੇਤੀਬਾੜੀ ਵਧੀਆ ਸੀਗਾ, ਸਾਰਾ ਕੁਛ ਸੀਗਾ, ਫਿਰ ਵੀ ਜਜ਼ਬਾ ਸੀ ਇੱਕ ਫੌਜ 'ਚ ਜਾਣ ਦਾ। ਹਾਂ ਜੀ, ਬਸ ਇਹਨੂੰ ਸ਼ੌਂਕ ਸੀ ਬਸ ਜਾਣ ਦਾ, ਬਹੁਤ ਫੌਜ 'ਚ ਜਾਣਾ ਕਹਿੰਦਾ ਮੈਂ। ਨਵਾਜ਼ ਦੀ ਯੂਨਿਟ ਦਾ? ਹਾਂਜੀ, ਕਿਹੜੀ ਯੂਨਿਟ 'ਚ ਸੀਗੇ? 14 ਪੰਜਾਬ ਦਾ। ਤੁਹਾਡਾ ਰੈਂਕ ਕੀ ਹੈ? ਹਾਲਰ। ਕੀ ਨਾਮ ਹੈ ਤੁਹਾਡਾ? ਹਾਲਰ ਬਿਕਰ ਸਿੰਘ। ਬਿਕਰ ਜੀ, ਕਿੱਦਾਂ ਇਹ ਹੋਇਆ ਇੰਸੀਡੈਂਟ? ਇਹ ਸਰ ਪੋਸਟ ਟੂ ਪੋਸਟ ਆਪਣੇ ਲਿੰਕ ਹੁੰਦੀ ਹੈ ਨਾ, ਪੈਟਰੋਲ ਜਾਂਦੀ ਰਹਿੰਦੀ ਹੈ, ਉਹਦੇ ਦੌਰਾਨ ਇਹ ਵਾਪਸ ਆ ਰਹੇ ਸੀਗੇ ਅਤੇ ਪੈਰ ਫਿਸਲਿਆ ਉਹਨਾਂ ਦਾ, ਪੈਰ ਫਿਸਲਣ ਦੇ ਨਾਲ ਮਤਲਬ ਕਿ ਐਕਸੀਡੈਂਟ ਫਾਇਰ ਹੋਇਆ ਸਰ। ਹਾਂਜੀ, ਕਿੰਨੇ ਜਣੇ ਗਏ ਸੀਗੇ? 10 ਬੰਦੇ ਸਰ। ਕਿੰਨੇ ਡੈਥ ਹੋਈਆਂ ਉੱਥੇ? ਡੈਥ ਸਰ 2 ਹੋਈ ਹੈ, ਇੱਕ ਹੋਰ ਮੁੰਡਾ ਦਾ, ਉਹ ਵੀ ਭੇਜ ਦਿੱਤੀ ਗਈ ਡੈਡ ਬੋਡੀ, ਇਹਨਾਂ ਨਾਲ ਮੈਨੂੰ ਭੇਜਿਆ। ਆਰਮੀ ਨੇ ਉੱਥੇ ਨੇੜੇ ਥਾਣੇ ਐਫ ਆਈ ਆਰ ਵੀ ਲਾਂਚ ਕੀਤੀ ਹੈ, ਵੀ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ ਸਰ, ਹੋ ਰਹੀ ਹੈ ਸਰ, ਇਨਕੁਆਇਰੀ ਚੱਲ ਰਹੀ ਹੈ। ਐਫ ਆਈ ਆਰ ਲਾਂਚ ਹੋਈ ਹੈ। ਹਾਂਜੀ। ਪਰਿਵਾਰ ਨੂੰ ਉੱਥੇ ਕਿਉਂ ਨਹੀਂ ਬੁਲਾਇਆ ਗਿਆ ਪਹਿਲਾਂ? ਪਰਿਵਾਰ ਸੰਤੁਸ਼ਟ ਨਹੀਂ ਇਸ ਚੀਜ਼ਾਂ ਤੋਂ? ਪਰਿਵਾਰ ਸਰ ਉਹ ਐਲ ਸੀ ਇਲਾਕਾ ਉੱਥੇ ਜਾਣਾ ਉਹ ਨਹੀਂ ਹੈ ਸਰ, ਅਲਾਊਡ ਨਹੀਂ ਹੈ ਸਰ, ਅਥਰਾਈਜ਼ ਨਹੀਂ। ਪਰਿਵਾਰ ਦੀ ਸੰਤੁਸ਼ਟੀ ਕਿੱਦਾਂ ਹੋਏਗੀ? ਪਰਿਵਾਰ ਦੀ ਸੰਤੁਸ਼ਟੀ ਤਾਂ ਸਰ ਦੇਖੋ, ਹੁਣ ਕੀ ਉਹ ਕਰ ਸਕਦੇ ਉਹਦੇ ਬਾਰੇ ਮੈਂ ਕੀ ਦੱਸ ਸਕਦਾ, ਇਹਦਾ ਹੁਣ ਪਾਣਾ ਇੱਕ ਤਰ੍ਹਾਂ ਮੰਨਣਾ ਪਊਗਾ। ਬਾਕੀ ਸਰ ਐਕਸੀਡੈਂਟਲ ਫਾਇਰ ਹੈ, ਹੋਰ ਕੋਈ ਉਹ ਨਹੀਂ ਹੈ, ਬੋਲ ਫਾਇਰ ਫਿਸਲਿੰਗ ਦੇ ਨਾਲ ਇਹ ਆਪਣੇ ਆਪ ਡੈਥ ਹੋ ਜਾਏਗੀ। ਕੋਈ ਐਲ ਓ ਸੀ ਵੱਲੋਂ ਕੋਈ ਫਾਇਰ ਜਾਂ ਕੋਈ ਇੱਦਾਂ ਦਾ ਕੋਈ? ਨਹੀਂ ਨਹੀਂ ਸਰ, ਨਹੀਂ ਇਹੋ ਜਿਹਾ ਕੁਛ ਨਹੀਂ, ਫਾਇਰ ਬੰਦ ਵਾਲੇ ਬੰਦ ਚੱਲ ਰਿਹਾ। ਹਾਂਜੀ, ਠੀਕ ਹੈ। ਨੈਬ ਸਾਹਿਬ ਕੀ ਕਹਿਣਾ, ਜਿਹੜਾ ਨਵਰਾਜ ਦੀ ਮੌਤ ਹੋਈ ਹੈ, ਸਰਕਾਰ ਵੱਲੋਂ ਕਿੱਦਾਂ ਦੀ ਮਦਦ ਕੀਤੀ ਜਾਊਗੀ? ਮੈਂ ਮਨਮੀਤ ਸਿੰਘ, ਨੈਬ ਤਹਿਸੀਲਦਾਰ ਭਾਰਤ ਸਿੰਘ ਕਮਤਪੁਰ, ਅਤੇ ਨਵਰਾਜ ਸਿੰਘ ਪੁੱਤਰ ਅਵਤਾਰ ਸਿੰਘ, ਉਮਰ ਤਕਰੀਬਨ 25-26 ਸਾਲ, ਇਹਨਾਂ ਦੀ ਪਿਛਲੇ ਟਾਈਮ ਪਰਸੋਂ ਉਹਨਾਂ ਦੀ ਡੈਥ ਹੋ ਗਈ, ਅਤੇ ਪ੍ਰਸ਼ਾਸਨ ਵੱਲੋਂ ਮੈਂ ਇੱਥੇ ਹਾਜ਼ਰ ਹਾਂ, ਅਤੇ ਸਰਕਾਰ ਕੋਲ ਰਿਪੋਰਟ ਅਸੀਂ ਆਪਦੇ ਉੱਚ ਅਫਸਰਾਂ ਨੂੰ ਭੇਜਾਂਗੇ, 2-4 ਬੰਦਿਆਂ ਦੇ ਗਵਾਹੀਆਂ ਨਾਲ ਪੈ ਕੇ, ਜਿਹੜੇ ਉਹਨਾਂ ਦੇ ਇਹਦੇ ਆਏ ਬੰਦੇ ਦਾ ਅਨਮੈਰਿਡ ਸੀ, ਅਤੇ ਜਿਹੜੇ ਇਹਦੇ
पहली माता इन्हां दी जिहड़े एडमिट हुंदे ने हकदार हुंदी है ते सरपंच नंबरदार साहब दी रिपोर्ट असीं करा के प्रशासन नूं भेज दांगे जिहड़ियां वी कोई हदायतां होणगियां उस मुताबक सरकार वल्लों जो कुछ सहायता दित्ती जांदी है तां ओह असीं देण दे पाबंद होवांगे।